ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਫਿਰ ਵੀ ਥੋੜਾ ਬਹੁਤਾ ਠੀਕ ਚੱਲ ਰਿਹਾ ਸੀ, ਬਹੁਤ ਵਧੀਆ ਚੱਲ ਰਿਹਾ ਸੀ, 8 ਸਾਲ ਵਧੀਆ ਨਿਕਲੇ। 8 ਸਾਲ ਤੋਂ ਬਾਅਦ ਮੇਰੇ ਜਿਹੜੇ ਹਸਬੈਂਡ ਨੇ ਉਹਨਾਂ ਨੇ ਮੈਨੂੰ ਮੈਂਟਲੀ ਫਿਜ਼ੀਕਲੀ ਟੌਰਚਰ ਕਰਨਾ ਸਟਾਰਟ ਕਰਤਾ। ਮੇਰਾ ਵਿਆਹ ਜਦੋਂ ਹੋਇਆ 4 ਮਾਰਚ 2011 ਨੂੰ ਹੋਇਆ ਸੀ, ਅਤੇ ਉਹ ਤੋਂ ਬਾਅਦ ਐਕਚੁਲੀ ਸਾਡੀ ਪਹਿਲੇ ਮੈਂ ਕੋਸਮੈਟੋਲੋਜੀ ਕਰਦੀ ਸੀ ਇੱਥੇ ਕਲਾਰਾ ਇੰਟਰਨੈਸ਼ਨਲ, ਉੱਥੇ ਮੈਂ ਟੀਚਿੰਗ ਦੇ ਨਾਲ ਮੈਂ ਜੋਬ ਵੀ ਕਰਦੀ ਪਈ ਸੀ, ਅਤੇ ਉਹਦੇ ਵਿੱਚ ਮੈਨੂੰ ਉੱਥੇ ਜੋਬ ਮਿਲ ਗਈ ਸੀ। ਅਤੇ ਇਹ ਸਾਹਿਲ ਮੇਰਾ ਸਟੂਡੈਂਟ ਸੀ, ਇਹਨਾਂ ਨੇ ਇਹਦੀ ਆਪਣੀ ਮਦਰ ਵਗੈਰਾ ਸਾਰੇ ਉੱਥੇ ਆਉਂਦੇ ਹੁੰਦੇ ਸੀ, ਅਤੇ ਇਹਨਾਂ ਨੂੰ ਮੈਂ ਪਸੰਦ ਆਈ ਸੀ। ਐਕਚੁਲੀ ਮੇਰਾ ਉਹ ਤੋਂ ਪਹਿਲਾਂ ਡਾਇਵੋਰਸ ਕੇਸ ਹੋਇਆ ਸੀ, ਉਹ 'ਚ ਮੈਨੂੰ 15 ਲੱਖ ਮਿਲੇ ਸੀ, ਇਹ ਸਾਰਿਆਂ ਨੂੰ ਉੱਥੇ ਪਤਾ ਸੀ। ਅਤੇ ਇਨ ਉਹ ਤੋਂ ਇਹਨਾਂ ਨੂੰ ਪਤਾ ਨਹੀਂ ਕਿ ਮੇਰੇ ਪਿੱਛੇ ਪੈ ਗਏ ਕਿ ਮੈਂ ਵਿਆਹ ਕਰਨਾ। ਅਤੇ ਮੈਨੂੰ ਇਹ ਚੀਜ਼ ਤੋਂ ਮੇਰਾ ਡਾਇਵੋਰਸ ਹੋ ਚੁੱਕਿਆ, ਇਸ ਲਈ ਮੇਰੀ ਫਸਟ ਮੈਰਿਜ ਹੋਈ ਸੀ ਪਹਿਲੇ, ਉਹ ਤੋਂ ਮੇਰਾ ਡਾਇਵੋਰਸ ਹੋਇਆ ਪਿਆ, ਉੱਥੋਂ ਮੈਨੂੰ 15 ਲੱਖ ਡੋਰੀ ਮਿਲੀ ਸੀ। ਉਹ ਮਤਲਬ ਕਿ ਸਾਰਾ ਕੁਛ ਉਹਨੂੰ ਪਤਾ ਸੀ, ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ, ਲੇਕਿਨ ਇਹਨਾਂ ਨੇ ਮੇਰੇ ਘਰ ਜਾ ਕੇ ਮੇਰਾ ਰਿਸ਼ਤਾ ਆਪ ਹੱਥੋਂ ਮੰਗੀ। ਇਹਨਾਂ ਦੀ ਨਾਨੀ ਸਨਮੀਤ ਦੇ ਮਦਰ ਫਾਦਰ ਇਹ ਆਪ ਇਹ ਸਾਰੇ ਜਾ ਕੇ ਮੇਰੇ ਫਾਦਰ ਮਦਰ ਕੋ ਮਨਾ ਕੇ ਇਹਨਾਂ ਨੇ ਰਿਸ਼ਤਾ ਮੰਗਿਆ ਸੀ। ਮੇਰੇ ਪਾਪਾ ਮੰਨਦੇ ਨਹੀਂ ਪਏ ਸੀ, ਲੇਕਿਨ ਮੈਂ ਉਹਨਾਂ ਨੂੰ ਫੋਰਸ ਕਰਕੇ ਇਸ ਮੈਰਿਜ ਲਈ ਮਨਾਇਆ ਸੀ, ਸਾਡੀ ਲਵ ਕਮ ਅਰੇਂਜ ਮੈਰਿਜ ਸੀ। ਲੇਕਿਨ ਉਸ ਤੋਂ ਬਾਅਦ ਜਦੋਂ 2012 'ਚ 24 ਜੁਲਾਈ ਨੂੰ ਮੇਰੀ ਬੇਟੀ ਹੋਈ, ਉਸ ਤੋਂ ਬਾਅਦ ਮੇਰੇ ਹਸਬੈਂਡ ਦੇ ਮੇਰੇ ਨਾਲ ਇਹ ਐਕਚੁਲੀ ਬੋਆਏ ਚਾਹੁੰਦੇ ਸੀ, ਉਹ ਚੀਜ਼ ਨਹੀਂ ਹੁਣ ਇਹ ਤੇ ਇੱਕ ਅੱਜ ਕੱਲ੍ਹ ਲੜਕਾ ਕੀ ਲੜਕੀ ਕੀ। ਲੇਕਿਨ ਮੇਰੇ ਹਸਬੈਂਡ ਨੇ ਉੱਥੇ ਨਾ ਮੂੰਹ ਬਣ ਗਿਆ ਸੀ, ਅਤੇ ਮੇਰੇ ਸਾਰੇ ਪੇਰੈਂਟਸ ਨੇ ਸਾਰਿਆਂ ਨੇ ਉਹਨੂੰ ਸਮਝਾਇਆ ਕਿ ਕੋਈ ਗੱਲ ਨਹੀਂ, ਮੁੰਡਾ ਕੁੜੀ ਅੱਜ ਕੱਲ੍ਹ ਇੱਕ ਬਰਾਬਰ ਹੈਗੇ, ਛੱਡੀ ਦਾ ਨਹੀਂ ਹੁੰਦਾ ਦਿਲ। ਇਸ ਬੰਦੇ ਨੇ ਪਹਿਲੇ ਇੱਕ ਦਿਨ ਤਾਂ ਪੂਰਾ ਸੈਡ ਰਿਹਾ, ਫਿਰ ਦੂਜੇ ਦਿਨ ਆ ਕੇ ਇਹਨੇ ਆਪਣੀ ਮੇਰੀ ਬੇਟੀ ਨੂੰ ਅਪਣਾਇਆ। ਉਸ ਤੋਂ ਬਾਅਦ ਸਾਡੇ ਘਰ ਮਤਲਬ ਕਿ ਫਿਰ ਵੀ ਥੋੜ੍ਹਾ ਬਹੁਤਾ ਠੀਕ ਚੱਲ ਰਿਹਾ ਸੀ, ਬਹੁਤ ਵਧੀਆ ਚੱਲ ਰਿਹਾ ਸੀ, 8 ਸਾਲ ਵਧੀਆ ਨਿਕਲੇ। 8 ਸਾਲ ਤੋਂ ਬਾਅਦ ਮੇਰੇ ਜਿਹੜੇ ਹਸਬੈਂਡ ਨੇ ਉਹਨਾਂ ਨੇ ਮੈਨੂੰ ਮੈਂਟਲੀ ਫਿਜ਼ੀਕਲੀ ਟੌਰਚਰ ਕਰਨਾ ਸਟਾਰਟ ਕਰਤਾ। ਮੈਨੂੰ ਡਾਇਵੋਰਸ ਚਾਹੀਦਾ। ਕਾਰਨ ਇਹ ਹੀ ਕਾਰਨ ਮੈਨੂੰ ਅੱਜ ਤੱਕ ਨਹੀਂ ਪਤਾ ਕਿ ਮੇ ਬੀ ਸ਼ਾਇਦ ਕੋਈ ਹੋਰ ਹੋ। ਪਿੱਛੇ ਇਹ 4-5 ਬੰਦੇ ਗੇਟ 'ਤੇ ਬੜੇ, ਅਜੇ ਮੈਂ ਆਪਣੀ ਮੇਡ ਨੂੰ ਸ਼ੂਗਰ ਅੱਜ ਘਰ ਦੇ ਅੰਦਰ ਛੱਡ ਗਈ ਸੀ, ਉਹ ਗਵਾਹ ਹੈਗੀ ਆ। ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ, ਉਹ ਭੁਪਿੰਦਰ ਕੁਮਾਰ ਉਹਦਾ ਨਾਮ ਆ, ਸਲੂਨ SS Unisex ਸਲੂਨ 'ਤੇ ਉੱਤੇ ਰਹਿੰਦਾ ਵਾ, ਸੁਨਮੀਤ ਦਾ ਅਤੇ ਸਾਹਿਲ ਦਾ ਖਾਸ ਬੰਦਾ ਹੈਗਾ। ਉਹ ਨਾਲ ਔਰ 4 ਹੋਰ ਸੀ, ਜਿਹੜਾ ਇੱਕ ਬੰਦਾ ਦੀਦੀ ਨੂੰ ਕੋਰਨਰ 'ਤੇ ਖੜਾ ਕੇ ਰੱਖਿਆ ਹੋਇਆ ਸੀ, ਉਹਨੇ ਉਹ ਦੀਦੀ ਕਿਤੇ ਹਿੱਲਿਆ ਇੱਧਰ ਉੱਧਰ, ਅਤੇ ਦੀਦੀ ਨੇ ਮੈਨੂੰ ਕਾਲ ਕੀਤੀ, ਦੀਦੀ ਫਟਾਫਟ ਆ ਜਾਓ, ਬੰਦੇ ਅੰਦਰ ਆ ਗਏ ਅਤੇ ਮੈਨੂੰ ਘੇਰ ਕੇ ਰੱਖਿਆ। ਮੈਂ ਫਟਾਫਟ ਅਸੀਂ ਸਾਰੇ, ਮੈਂ ਆਪਣੇ ਲੋਇਰ ਨੂੰ ਉਸੇ ਟਾਈਮ ਕਾਲ ਕੀਤੀ, ਸਾਰੇ ਆ ਗਏ, ਅਤੇ ਅਸੀਂ ਅੱਖੋਂ ਵੇਖੀ ਬੰਦੇ ਫੜੇ ਵੀ ਆ, ਬਟ ਸਾਡੇ ਕੋਲ ਹੱਟੇ ਕੱਟੇ 4 ਬੰਦੇ ਸੀ। ਭੁਪੇਨ ਨੂੰ ਮੈਂ ਫੜ ਵੀ ਲਿਆ, ਉਹ ਮੇਰੇ ਹੱਥੋਂ ਨਹੀਂ, ਮੈਂ ਐਕਚੁਲੀ ਹਾਂਜੀ ਪੁਲਿਸ ਨੂੰ ਕੰਪਲੇਨ ਕੀਤੀ, ਅਜੇ ਮੈਂ ਪੁਲਿਸ ਸਟੇਸ਼ਨ 'ਚ ਗੱਲ, ਮੇਰੀ ਸਾਰੀ ਜਵੈਲਰੀ, ਮੇਰੇ ਕੈਸ਼, ਮੇਰੇ ਬੈਂਕ ਦੇ ਸਟੇਟਮੈਂਟਸ, ਸਾਰੀ ਚੈੱਕਬੁੱਕ, ਸਾਰੀ ਬੈਂਕ ਸਟੇਟਮੈਂਟ, ਮੇਰੇ ਆਰਟੀਕਲਸ, ਮੇਰੇ ਜੋ ਲੀਗਲ ਪਾਸਪੋਰਟ, ਜੋ ਲੀਗਲ ਡਾਕੂਮੈਂਟ ਸੀ, ਮੇਰੇ ਮੈਰਿਜ ਦੇ ਪਰੂਫਸ, ਘਰ ਦੇ ਪਰੂਫਸ, ਮੇਰੀ ਬੇਟੀ ਦੇ ਪਰੂਫਸ, ਮਤਲਬ ਸਾਰੀ ਅਲਮਾਰੀ ਖਾਲੀ ਕਰਕੇ ਗਈ, ਮੇਰੀ ਜਵੈਲਰੀ ਵੀ ਤੱਕ ਨਹੀਂ ਛੱਡੀ। ਟਾਈਮ ਦਾ ਨਹੀਂ ਮੈਨੂੰ ਪਤਾ, ਮੈਂ ਕੰਮ ਕਰਦੀ ਪਈ ਸੀ, ਅਤੇ ਉਹ ਬੂਆ ਆਏ ਟੱਪ ਕੇ ਅੰਦਰ, ਅਤੇ ਫਿਰ ਮੈਂ ਪੋਚਾ ਲਗਾਉਂਦੀ ਪਈ ਸੀ, ਉਹਨਾਂ ਨੇ ਬੂਹਾ ਖੜਕਾਇਆ, ਤੋੜਦੇ ਪਏ ਸੀ, ਅਤੇ ਮੈਂ ਦੀਦੀ ਨੂੰ ਉਸ ਵੇਲੇ ਕਾਲ ਕਰਤੀ। ਫਿਰ ਜਦੋਂ ਅੰਦਰ ਆਏ, ਉਹਨਾਂ ਨੇ ਮੈਨੂੰ ਸਾਈਡ ਦੇ ਖਿਲਾਰ ਤਾ ਕਾਚੂ ਫੜ ਕੇ, ਕਹਿੰਦੇ ਸਾਈਡ 'ਤੇ, ਹਾਂਜੀ ਕਹਿੰਦੇ ਸਾਈਡ 'ਤੇ ਹੋ ਕੇ ਖਲੋ ਰਿਹਾ, ਤੁਸੀਂ ਬੋਲਣਾ ਨਹੀਂ। ਬਾਕੀ ਸਾਰੇ ਸਮਾਨ ਕੱਢਦੇ ਪਏ ਸੀ ਬਾਹਰ, ਉਹ ਕੱਪੜੇ ਕੁਪੜੇ ਲੈ ਕੇ ਗਏ ਆ, ਸੋਫੇ ਸੁਫੇ ਲੈ ਕੇ ਗਏ ਆ। ਨਾ ਮੈਨੂੰ ਰੌਲਾ ਨਹੀਂ ਪਾਇਆ, ਦੀਦੀ ਨੂੰ ਬਸ ਕਾਲ ਕੀਤੀ ਮੈਂ ਪਹਿਲਾਂ। ਤੁਹਾਨੂੰ ਪਤਾ ਸੀ ਕੌਣ ਬੰਦੇ ਗਏ, ਕਿੱਥੋਂ ਆਏ? ਹਾਂਜੀ ਮੈਨੂੰ ਇਹ ਨਹੀਂ ਪਤਾ, ਵੀ ਮੈਂ ਥੋੜ੍ਹਾ ਚਿਰ ਹੋ ਗਿਆ ਲੱਗੀ ਕੰਮ 'ਤੇ। ਅੱਛਾ ਤਾਂ ਦੀਦੀ ਨੂੰ ਕੀ ਦੱਸਿਆ ਕੌਣ ਆਇਆ ਘਰ? ਮੈਂ ਦੀਦੀ ਨੂੰ ਕਿਹਾ, ਮੈਂ ਦੀਦੀ ਕੋਈ ਆਇਆ ਬਾਹਰ, ਬੂਹਾ ਖੜ ਤੋੜਦੇ ਪਏ ਆ, ਬਸ ਇੰਨੀ ਗੱਲ ਦੀਦੀ ਨਾਲ ਹੋਈ। ਦੀਦੀ ਕਹਿੰਦੇ ਕੋਈ ਗੱਲ ਨਹੀਂ, ਤੂੰ ਡਰੋ ਨਾ, ਮੈਂ ਆ ਗਈ ਬਸ। ਕਿਤੇ ਮੂਹਰੇ ਵੀ ਅੱਜ ਕਿਸੇ ਦੇ ਘਰ ਸ਼ਾਮੀ ਚੋਰੀ ਹੋਈ ਆ, 3-4 ਆਦਮੀ ਘਰ ਵੜ ਕੇ ਜ਼ਬਰਦਸਤੀ ਉਹ ਸਮਾਨ ਲੜਕੀ ਦਾ ਕੁਛ ਚੋਰੀ ਕਰਕੇ ਲੈ ਗਏ ਨੇ। ਉਹ ਸਾਨੂੰ ਇਤਲਾਹ ਮਿਲੀ ਹੈ, ਅਸੀਂ ਮੌਕੇ 'ਤੇ ਗਏ ਸੀ, ਤਫਤੀਸ਼ ਕਰ ਰਹੇ ਹਾਂ, ਜੋ ਸਾਹਮਣੇ ਆਏਗਾ ਉਹਦਾ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਇਹਨਾਂ ਦੋਵਾਂ ਜੀਆਂ ਦਾ ਕੋਈ ਆਪਸੀ ਡਿਸਪਿਊਟ ਚੱਲ ਰਿਹਾ ਜੀ ਕੁਛ ਪਿਛਲੇ ਥੋੜੇ ਸਮੇਂ ਤੋਂ। ਚੋਰੀ ਕੀ ਕੀਤਾ ਇਹਨਾਂ ਨੇ? ਚੋਰੀ ਕੋਈ ਸਮਾਨ ਕੱਪੜੇ ਕੋਈ ਨਕਦੀ ਨੁਕਦੀ ਇਹਦੇ ਕੋਈ ਕਾਗਜ਼ਾਤ ਨੇ ਉਹ ਅਜੇ ਬਿਆਨ ਉਹਦੇ ਲਿਖ ਰਹੇ ਆ ਜੋ ਸਾਹਮਣੇ ਆਏਗਾ ਉਹ ਲਿਖੇਗਾ। ਕਿੰਨੇ ਦੋਸ਼ੀ ਆ ਤੁਸੀਂ? ਦੇਖ ਰਹੇ ਹਾਂ ਜੀ ਅਜੇ ਇਹਨਾਂ ਦੇ ਕਹਿਣ ਮੁਤਾਬਕ 5-6 ਹੈਗੇ ਆ, ਤਸਦੀਕ ਕਰ ਰਹੇ ਹਾਂ। ਪਰਚਾ ਦਰਜ ਕਰ ਰਹੇ? ਜੀ ਜੀ ਬਿਲਕੁਲ, ਜੋ ਕਾਨੂੰਨੀ ਕਾਰਵਾਈ ਬਣਦੀ ਕਰਾਂਗੇ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।